अली इब्ने अबी तालिब बुलंदतर सलावात। खुशनुदिए हजरत मोहम्मद सल्लल्लाहु अलैहि वसल्लम बुलंदतर सलावात। बानी मजलिस हाजरीन मजलिस सब दी सेहत और सलामती वास्ते सारे सलवात सुनाओ। वाजिबुल एहतराम मुअज्जज़ीन हाजरीन सामईन, मैं इमाम हुसैन अलैहि सलाम दा गदागर अपने बादशाह दी गदागरी वास्ते हाजिर खिदमत। वैसे तो ये जहान है सारा बतूल का, लाले चाचियां दी खैर है चाचे ना बोलन लाले जरूर बोलन। मिजाज बेहतर फरमाओ। वैसे तो ये जहान है सारा बतूल का, वहदत का है मुशीर इशारा बतूल का। चेक करें ना पिया मुर्तजा भाई, मजमे को जरा टेस्टर ले ना पिया कि कितनी एक ताकत पिछू रह गई है। वैसे तो ये जहान है सारा बतूल का, वहदत का है मुशीर इशारा, बोलो तो सही, इशारा बतूल का, और तारा अली की छत पे उतरता है अर्श से कितना चमक रहा है सितारा बतूल का। या अली, या अली, या मेरे टेस्टर ए मुर्तजा कंबर मेरे टेस्टर इन टेस्टर वो जड़ा इलेक्ट्रिशियन होंदे ना उंदे कोले कोंदे टेस्टर वो अर्थ चेक करें दे करके ओ मैं हुन चेक कर गी दे साहिबे मश्को अलम की जो सना जारी है। साहिब मशको अलम कौन है? मौला अब्बास मशकी अब्बास दी अलमी अब्बास दा। साहिब मशको अलम की जो सना जारी है, एक एक कल्ब पे हैबत का नशा। बड़ी मेहरबानी, बड़ी मेहरबानी, बड़ी मेहरबानी। एक एक कल्ब पे हैबत का नशा, तारी तारी है, और देख तू खूने अबू तालिब की शुजात का कमाल, जिसके बाजू भी नहीं उसकी अलमदारी है। अतुचे हैदरी, जीवो तुसा अल्लाह ताकू लंबी जिंदगी दे। इमाम हुसैन दे मनन वाले शाला कहीं कुछ न थी वे, शाला इवें चहकते रहो, इवें महकते रहो,
ਇਵੇਂ ਬਾਦਸ਼ਾਹ ਦੇ ਜ਼ਿਕਰ 'ਚ ਸੋਹਣੇ ਲੱਗਦੇ ਰਹੋ। ਚਿਹਰੇ ਤੇ ਅਲੀਨ ਵਲੀ ਉੱਲਾ ਕਲੀਅਰ ਕਰਕੇ ਚਾਹੀਦਾ ਹੈ ਦਰੀ ਮਲੰਗ ਦੇ ਇਹ ਕੁੱਲੀ ਏ ਫਕੀਰਾਂ ਦੀ ਏ ਘਰ ਬੇਦਾਰਾਂ ਦਾ ਅਲਮੇ ਤੁਨੇ ਲਾਣਾ ਏ ਕੁੱਲੀ ਏ ਫਕੀਰਾਂ ਦੀ ਏ ਘਰ ਬੇਦਾਰਾਂ ਦਾ ਅਲਮੇ ਤੁਨੇ ਲਾਣਾ ਮਲੰਗ ਦੇ ਅਲਮ ਨਹੀਂ ਵੀ ਲਾਣਾ ਨਾਰ ਹੈ ਦਰੀ ਆ ਤੁਝੇ ਹੈ ਦਰੀ ਜਿਹੜਾ ਨਾਰਾ ਮਰੇ ਸੀ ਜੰਨਤ ਬਾਦ ਜਵੇ ਸੀ ਪਹਿਲੇ ਨਜਫ ਵੇ ਸੀ ਆ ਤੁਝੇ ਹੈ ਦਰੀ ਇਹ ਅਲਮ ਸਾਹ ਮਲੰਗ ਦੇ ਅਲਮ ਨਹੀਂ ਲਾਣਾ ਮਲੰਗ ਦੇ ਸੌਰੀ ਸੌਰੀ ਸਮਝਦੇ ਹੋ ਮਲੰਗ ਦੇ ਅਲਮ ਜਿਹੜੇ ਲੈ ਸ਼ਾਮ ਥੀਂਦੀ ਹੈ ਨਾ ਦੀਗਰ ਉਮਲੇ ਬੰਦੇ ਤੁਰ ਤੁਰ ਦੇ ਨਹੀਂ ਹੋਏ ਹੁਣ ਮੈਂ ਕੋਈ ਮੈਂ ਤੁਰ ਤੁਰ ਬੰਦੇ ਡਿੱਠੀ ਹੋ ਇਸ ਵੇਲੇ ਥੱਕੇ ਭੈਣ ਮਲੰਗ ਦੇ ਅਲਮ ਨਹੀਂ ਲਾਣਾ ਮਲੰਗ ਗੱਲ ਕੀਤੀ ਹੈ ਅੱਜ ਇੱਕ ਟਿਪੀਕਲ ਸਰੈਕੀ ਦਾ ਲਫ਼ਜ਼ ਪੜ੍ਹਦਾ ਜ਼ਰਾ ਗੌਰ ਕਰੇ ਮਲੰਗ ਦੇ ਨਹੀਂ ਲਾਣਾ ਮਲੰਗ ਦੇ ਛੱਤ ਮੇਰੀ ਤੇ ਅਲਮ ਲੱਗੀ ਹੋਇਆ ਤੇ ਕੋ ਕਈ ਤਕਲੀਫ ਹੈ ਤੇ ਕੋ ਕਈ ਬਹੁਤੇ ਅਲਮ ਨਾਲ ਕਿਹੜੀ ਤਕਲੀਫ ਹੈ ਆਦੇ ਮੈਂ ਕੋ ਤਕਲੀਫ ਹੀ ਅਲਮ ਦੀਏ ਸੁਣੇ ਜ਼ਰਾ ਮਲੰਗ ਦੇ ਕਿਵੇਂ ਆਦੇ ਮੈਂ ਨਮਾਜ਼ ਪੜ੍ਹਦਾ ਮੈਂ ਕੋ ਨਮਾਜ਼ 'ਚ ਅਲਮ ਨਜ਼ਰ ਆਉਂਦਾ ਮੇਰੀ ਨਮਾਜ਼ ਨਹੀਂ ਆਉਂਦੀ ਅਲੀ ਦੇ ਮਲੰਗ ਕੋ ਜੋਸ਼ ਹੈ ਮਲੰਗ ਦੇ ਬੰਦੇ ਦਾ ਬੰਦਰਾ ਮੇਰਾ ਕਸੀਦਾ ਪਸੰਦ ਆ ਗਿਆ ਇਮਬਾਲ ਦੇ ਚਾਚੇ ਕੋਈ ਪਸੰਦ ਆ ਗਿਆ ਇਹਦਾ ਮਤਲਬ ਹੈ ਕਸੀਦਾ ਮੈਂ ਕੋ ਲੱਗਦਾ ਇਹਨਾਂ ਨੂੰ ਹਾਂ ਬੱਲਾ ਲਿਆ ਬਲ ਪਿਆ ਪੜਦਾ ਮਲੰਗ ਮਲੰਗ ਅਲੀ ਦਾ ਮਲੰਗ ਉਹਨੇ ਬੜੀ ਬੜੀ ਵੱਡੀ ਗੱਲ ਕੀਤੀ ਹੈ ਉਹ ਦੁਸ਼ਮਣ ਨੇ ਅਲੀ ਮਲੰਗਾ ਦੇ ਬੰਦੇ ਦਾ ਰੱਬ ਰੱਬ ਕਹੇਦਾ ਹੈ ਉਹ ਰੱਬ ਹੀ ਵੀ ਪਾਰਾਦਾ ਅਲਮ ਇਥੋਂ ਨਹੀਂ ਨਾਰੇ ਹੈਦਰੀ ਵਾਹ ਜੀ ਵਾਹ ਸਾਊਂਡ ਵਾਲੇ ਭਾਈ ਵਾਹ ਬਈ ਵਾਹ
ਅਸੀਂ ਤਾਂ ਗੁਦਾਦ ਰਹੇ ਸੂ ਤਦ ਸਾਊਂਡ ਚੰਗਾ ਹੈ ਮਲੰਗਾ ਦੇ ਤੂੰ ਰੱਬ ਰੱਬ ਕਹਿ ਇਹ ਜ਼ਾਕਰੀ ਦਾ ਬਹੁਤ ਬੜਾ ਘਰਾਨਾ ਹੈ ਕੰਬਰ ਸਾਹਿਬ ਦਾ ਉਹਨਾਂ ਦੇ ਪੋਤੇ ਮੁਰਤਜ਼ਾ ਇਹ ਵੀ ਜਿਵੇਂ ਸਾਰਾ ਟੱਬਰ ਜ਼ਾਕਰ ਨਾ ਸਾਰਾ ਹੀ ਸਾਰਾ ਟੱਬਰ ਜ਼ਾਕਰ ਜ਼ਾਕਰੀ ਕੋ ਬੜਾ ਸਮਝਦੇ ਨੇ ਇਹ ਲੁਤਫ ਗਿੰਦੇ ਪੈਣ ਮੁਰਤਜ਼ਾ ਮੇਰੇ ਕੋ ਪਤਾ ਹੈ ਲੁਤਫ ਗਿੰਦਾ ਪੈ ਮਲਾਂਗਾ ਦੇ ਅਲਮ ਨਹੀਂ ਉਹ ਲਾਣਾ ਇਹ ਆਦੇ ਯਾਰ ਤੇਰੀ ਮੇਰੇ 40 ਕਰੋੜ ਦੇ ਬੰਗਲੇ ਤੇ ਤੱਕ ਹੀ ਨਹੀਂ ਪਈ ਮਲੰਗ ਕੋ ਆਦੇ ਮੇਰੀ ਏਡੀ ਵੱਡੀ ਸ਼ਾਨਦਾਰ ਕੋਠੀ ਤੇਰੀ ਤੱਕ ਹੀ ਨਹੀਂ ਪਈ ਮਲੰਗਾ ਦੇ ਨਹੀਂ ਪਈ ਇਹ ਬੜੇ ਬਹਾਦਰ ਲੋਕ ਉਹਨਾਂ ਨੇ ਮਲੰਗ ਟਾਈ ਮਲੰਗਾ ਦੇ ਨਹੀਂ ਪਈ ਆਦੇ ਮੇਰਾ ਇਹਦਾ ਸੋਹਣਾ ਘਰ ਮਲੰਗ ਦੇ ਪਾਸੇ ਦੇਖ ਕੇ ਆਦੇ ਘਰ ਤੇਰਾ ਸੋਹਣਾ ਦਰੂਰ ਲੇਕਿਨ ਯਜ਼ੀਦੀ ਸਮਾ ਘਰ ਤੇਰਾ ਸੋਹਣਾ ਦਰੂਰ ਲੇਕਿਨ ਯਜ਼ੀਦੀ ਸਮਾ ਹੈ ਹਮੇ ਕੇਸ ਜਾਪਨੇ ਤੇ ਗਾਜ਼ੀ ਦੇ ਅਲਮਾ ਦੀ ਅਲਮ ਤੱਲੇ ਆਜ਼ਾਦਾ ਅਲਮ ਇਥੋਂ ਨਹੀਂ ਆ ਤੁਚੇ ਹੈਦਰੀ ਨਾਰੇ ਹੈਦਰੀ ਯਾਰ ਕਿਆ ਬਾਤ ਹੈ ਤੁਹਾਡੀ ਮੈਨੂੰ ਤਾਂ ਪਤਾ ਹੀ ਮੈਂ ਕਿਹਾ ਲਾਲੇ ਬੁਲੇ ਸਨ ਸਹੀ ਲੇਕਿਨ ਜ਼ਰਾ ਥੋੜ੍ਹਾ ਜਿਹਾ ਦੇਰ ਨਾਲ ਸੁਣਦੇ ਆਵੇ ਅਲਮ ਨਹੀਂ ਲਾਣਾ ਉਹ ਦੁਸ਼ਮਣ ਨੇ ਅਲਮ ਆਦਾ ਯਾਰ ਤੂੰ ਅਲਮ ਤੱਲੇ ਕਰੇਂਦਾ ਕਿਹੇ ਹਾਏ ਮਲੰਗ ਦਾ ਜਵਾਬ ਸੁਣਿਆ ਮਲੰਗਾ ਦੇ ਮਨਤਾਂ ਦੇ ਤੀਰੇ ਬਲੇਦਾ ਪੂਰੀ ਕਰੇਂਦਾ ਅਲਮ ਉਹ ਹੱਕ ਹੱਕਦਾਰ ਅਲਮ ਇਥੋਂ ਨਹੀਂ ਸਰ ਜੀ ਹੁਣ ਸੁਣੇ ਮੈਂ ਜਾਣ ਕੇ ਬਾਰ ਬਾਰ ਇਹਨਾਂ ਕੋਲ ਲਿਖਵਾਏ ਸਰ ਜੀ ਠੀਕ ਹੈ ਚੰਗਾ ਗੀਤ ਪੰਛੀ ਕਰ ਦੀ ਤੇ ਜਿਤਨੇ ਦਿਲ ਆਖੀ ਕਰ ਮਲੰਗ ਮਲੰਗ ਉਹਦੇ ਪਾਸੇ ਨਾ ਮੁਰਤਜ਼ਾ ਇਹ ਮਲੰਗ ਦੇ ਮੈਂ ਇੰਜ ਕੀਤਾ ਆਈ ਮਲੰਗ ਮੇਰੇ ਕੋਲ ਦੱਸਦਾ ਪਿਆ ਇਹਨਾਂ ਝੇੜੇ ਤੋਂ ਬਾਅਦ ਨਾ ਉਹ ਆ ਕੇ ਤੂੰ ਇੱਥੋਂ ਜੁਗੀ ਪੱਟ ਮਲੰਗ ਦੇ ਅਲਮ ਨਹੀਂ ਲਾਣਾ 5 ਮਿੰਟ ਬਾਅਦ ਮਲੰਗ ਕੋਈ ਇੰਜ ਵੇਖਣ ਲੱਗ ਪਿਆ ਡਿੱਠੀ ਆਵੇ ਉਹ ਘਬਰਾ ਗਿਆ ਪਜ਼ਲ ਹੋ ਗਿਆ ਕੋਈ ਬੰਦਾ ਕਈ ਕੋਈ ਮੈਂ ਦੇਖਣ ਲੱਗ ਵੰਜੇ ਨਾ ਅੱਗੋਂ ਵੀ ਆ ਬੰਦਾ ਪਜ਼ਲ ਥੀ ਵੈਂਦੇ ਉਹ ਆਦੀ ਤੁਰ ਬੰਦਾ ਡਿੱਠੀ ਆਵੇ ਮਲੰਗ ਡਿੱਠੀ ਆਵੇ ਉਹਦੇ ਕੇ ਹੀ
केड़े थे मलंगा दे ते कुछ चेक करे ना, मलंगा दे तेरी जजमेंट करे ना, आदे मेरी गल केड़ी चेक करे ना, मलंगा दे इतनी देर थी गई है तू मुड़दा ही नहीं, मैं यो चेक पिया करे ना, इतना जो सरदा दिया है इंदी वजह कोई जरूर है, इतना जो सरदा पिया है इंदी वजह कोई जरूर है, मैं कूटा मैं सोचती नहीं अम्मा तेरी दा कसूर मशहूर चाचा है, ये बड़ा मजेदार चाचा है, खिदमत गुजार चाचा है, ते मेरा यार चाचा है, मलंगा दे ओ मुल्ला कांड साड़ी दे, ओ मुल्ला कांड साड़ी दे, ए हाथ सरदार आदा अलमे तो नहीं ठीक पढ़े दसो तो सही यार मैं ठीक पढ़े यही में बोले कोई नहीं वे बहुत तशरीफ रखो मैं ठीक पढ़े बोलो तो सही तुझा दसो जाकिर बहुत सारे आ गए मैं बहुत सारा पढ़ा मैं तो सारी रात पढ़ा मैं तो तुम्हारी मुहब्बत पढ़ता रहा मैं तो जरा ही ना हटा मेरा तो दिल है जी मज मैं को इतना सुनवावा बुढ़ा बारह कसीदे तो सुनवावा मुफ्ती साहब आ गए मुफ्ती आबिद साहब एक बहुत सीनियर शख्सियत हैं सारे जनूबी पंजाब दाए तारफ हैं बहुत पूरे इंटरनेशनल लेवल दे मौला दे मदा खान हैं मुफ्ती आबिद साहब मेरे सीनियर हैं मेरे वाले साहब नाल पढ़न वाले लोग हैं मुर्तजा कंबर मेरा छोटा भिरा है आज इधर सोना कसीदा पढ़ो इवें जम पावन जेड़े बंदे नीपे बुलेंदे उसी कोई ना कोई वजह या थक गए उस दिन या मूड खराब होसी बंदियां दे मूड नहीं भी बनते बंदियां दा दिल नहीं भी आता समटाइम बंदे आदे यार छोड़ो यार अगले कुद आद रेसू छोड़ो यार जरा चुप करके जरा सह काट गिनू अज इन्हों को ऐसा कसीदा सुनवावा इन्हों के सह उथा ही रुक वंजन वल शुरू थी वंजन वाली में खड़ो मैन वल शुरू थी वंजन इवें चवदे आवेन इवें चवदे आवेन इवें इन्हों की जिंदगी दराज थी आवे ए सच ये यूसुफ सोने Yeah,
सब बोला ले हेलो कुरान का किस्सा है हजरत यूसुफ मुफ्ती साहब जितने जाकिर हैं ना उन तो हजार दर्जे लिसनर हैं लिसनर आदमी सुनवक के मौली साहब कुवेदा खुश करो लफ्ज सोने ना एक वेरा सोना आखो मुर जब दाद रे वे मुर्तजा दाद रे वे ए सच ए यूसुफ सोने ए कैसा है कुरानी ए सच ए यूसुफ सोने डमन 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 उठे बिना डमन नेट के नेट के नेट के नेट के मेरे पर हां जी कुरानी ए सच ए यूसुफ सोने ए कैसा है कुरानी ए सच ए यूसुफ सोने ए कैसा है कुरानी सोने सोने हैदरी मजमे ने कोई नहीं तवज्जो की थी दिल ता दे थू भज वंजा दिल ता दे राह बने ते मैं भज वंजा तुसे तवज्जो नहीं की थी वाल पड़ो ए सच ए यूसुफ सोने ए कैसा है कुरानी ए सच ए यूसुफ सोने ए कैसा है कुरानी ए सच ए यूसुफ सोने ए कैसा है कुरानी ए सच ए यूसुफ सोने ए कैसा है कुरानी पर लख यूसुफ भी होवन पर लख यूसुफ भी होवे पर लख यूसुफ भी होवे नहीं कोई अकबर दा मेरे लाले राजी थे मेरे मेरे लाले मिठे मिठे भिरा मेरे सरे की मिठे भिरा राजी थी गए ए सच ए यूसुफ सोने ए कैसा है कुरानी मेरा दिल है अली अकबर दे कातिल ते करा लानत इन नहीं मिसरे मसायब नहीं पढ़ना आज अली अकबर दा मिसरा पढ़ने मैं को अरशा तू फरिश्ते ले के दादा ने सन मैं पिया पढ़दा मलून हसीन दिलान ते बदबخت लईन दिलान ते मलून हसीन दिलान ते बदबخت लईन दिलान ते दिन सल कमीन दिलान ते आका बेदीन दिलान ते दिन सल कमीन दिलान ते तबीयत लगी है बोलो तो सही दसो तो सही मैं ठीक खड़ा पढ़दा ए टाइम मुफ्ती साहब पढ़न दा औखा टाइम है
ਇਹ ਢਲਦੀ ਦੀਗਰ ਦਾ ਟਾਈਮ ਹੈ ਇੱਥੇ ਹੀ ਜ਼ਾਕਿਰ ਜਿਹੜਾ ਨਾ ਇਹੋ ਜੇ ਮਜਮੇ ਚ ਮਜਮਈ ਥੱਕ ਵੇਂਦੇ ਇਮਤਿਹਾਨ ਈ ਟਾਈਮ ਈ ਟਾਈਮ ਇਹਨਾਂ ਕੋ ਇਹਨਾਂ ਦੇ ਚਿਹਰੇ ਦੇ ਪੁੱਛੇ ਜਾਤੀ ਤਾਂ ਮਾਰੋ ਹਰ ਚਿਹਰੇ ਤੇ ਅਲੀਨ ਵਲੀਉੱਲਾ ਕਲੀਅਰ ਨਜ਼ਰ ਆ ਸਾ ਮੈਂ ਤਾਂ ਬਈ ਔਖੇ ਸੌਖੇ ਆਪਣੀ ਮਜਲਿਸ ਬਣਾਈ ਵੇਨਾ ਤੁਸਾਂ ਜਾਣੋ ਤੇ ਮਜਮਾ ਜਾਣੋ ਮੈਂ ਤਾਂ ਔਖੇ ਸੌਖੇ ਜਿਹੜੇ ਨਾ ਜ਼ੋਰ ਲਾ ਲੂ ਕੇ ਨਾ ਜੀ ਦਾਦਾ ਘਿਣ ਗੀ ਦਿਨ ਤੇ ਲਾਲਿਆਂ ਕੋ ਜਿਹੜੇ ਨਾ ਪੁਰ ਜੋਸ਼ ਕਰ ਦਿੱਤੇ ਸੁੱਤੇ ਪਏ ਹਨ ਸੁੱਤਿਆਂ ਕੋ ਜਗਾ ਕੇ ਮੈਂ ਤਾਂ ਬਈ ਇੱਜ਼ਤ ਬਚਾਈ ਵੇਨਾ ਤੁਸਾਂ ਜਾਣੋ ਤੇ ਮਜਮਾ ਜਾਣੇ ਆ चाचे अली ओ पीर नबी दावी अली कुरान अली तफसी कितना मंज पढ़ा के कोई सुनवावा हैदरी वे चले चाचे हमें को लिफ्ट नहीं करवाई अली ओ पी अली पढ़ा ते अली दे नौकर चुप रावेन कोई गल ठांदी तां नहीं बजुर्ग भट्टी साहिब दी तर्ज पिया पढ़दा अली ओ पी ਮਿਹਰਬਾਨੀ ਜ਼ਿੰਦਗੀ ਹੋਵੇ ਭਾਈਜਾਨ ਥੋੜੇ ਥੋੜੇ ਤਾਈ ਵੇ ਮੂਡ ਠੀਕ ਕਰਾਏ ਅਲੀ ਅਲੀ ਏ ਭਾਈ ਜੀ ਵੱਲ ਸੁਣਵੇ ਨਾ ਅਲੀ ਜੀ ਕੋਈ आजो 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 मेरे भाई आजो वापस आ थोड़ी जिंदगी होवे तुस जींदे रहो तुस वसदे रहो उन्हें ठीक कीते और रोशनी पै करे दिन शाम जो हो गई वाल सतर सुनवा लेना अली जी कोई नहीं ਚੰਨਾ ਭੱਟੀ ਸਾਹਿਬ ਪੜ੍ਹਦੇ ਆਏ ਮੁਫਤੀ ਸਾਹਿਬ ਬਜ਼ੁਰਗਾਂ ਨਾਲ ਜ਼ਿੰਦਗੀ ਗੁਜ਼ਾਰੀ ਬਹਿਵਨ ਬੇਟਾ ਹੈਲੋ ਉਹ ਬੱਚਾ ਬਹਿਵਨ ਜੀ ਤਈ ਮੇਰੇ ਪਾਸ ਅਰੀਖ ਹੈ ਚੰਨਾ ਬਜ਼ੁਰਗ ਪੜ੍ਹਦੇ ਆਏ ਵੱਲ ਪੜ੍ਹੋ ਅਲੀ ਜੀ ਕੋਈ ਸ਼ਾਮ ਹੋ ਗਈ ਭੱਟੀ ਸਾਹਿਬ ਜਿਹੜਾ ਪੜ੍ਹਦੇ ਆਏ ਮੇਰੇ ਦਾਦਾ ਉਸਤਾਦ ਹਨ ਭੱਟੀ ਸਾਹਿਬ ਚਾਚਾ ਜੀ ਮੇਰੇ ਵਾਲਿਦ ਸਾਹਿਬ ਦੇ ਉਸਤਾਦ ਹਨ
ਉਹ ਜਿਹੜਾ ਪੜ੍ਹਦੇ ਹਨ ਨਾ ਕੱਛੀ ਵਾਲੇ ਹੋ ਤੁਹਾਡੇ ਤੋਂ ਸਤਾ ਰੋਸ ਬਜ਼ੁਰਗਾਂ ਸੁਣਿਆ ਆਈ ਉਹਨਾਂ ਕੋਲ ਉਹ ਪੜ੍ਹਦੇ ਪੜ੍ਹਦੇ ਕਸੀਦਾ ਕੋਈ ਗੱਲ ਕਰਦੇ ਹਨ ਤੇ ਮਾਹੌਲ ਬਦਲ ਵੈਂਦੇ ਹਨ ਉਹਨਾਂ ਦੀ ਨਕਲ ਕਰਦੇ ਹੋਏ ਮੈਂ ਅਲੀ ਖੜਾ ਪੜ੍ਹਦਾ ਮੇਰਾ ਦਿਲ ਆ ਦੇ ਤਾਂ ਕੁਝ ਸੁਣਵਾਵਾਂ ਅਲੀ ਮਖਦੂਮ ਅਲੀ ਮਖਦੂਮ ਉਹ ਕਸਮ ਖੁਦਾ ਦੇ ਅਲੀ ਮਜ਼ਲੂਮ ਕਰਬਲਾ ਬਣ ਗਈ ਸ਼ਾਲਾ ਵਸਤੇ ਰਹੋ ਕੀ ਬਾਤ ਹੈ ਯਾਰ ਯਾਰ ਕੋਈ ਬੜੇ ਦੁਖੀ ਲੋਕ ਹੋ ਯਾਰ ਕੋਈ ਬੜੇ ਦਰਦਾਂ ਵਾਲੇ ਲੋਕ ਹੋ ਯਾਰ ਵੱਡਾ ਮਜ਼ਲੂਮ ਅਲੀ ਮੈਂ ਪੜ੍ਹਦਾ ਚਾਚਾ ਜੀ ਸਿਰਫ ਵੱਡਾ ਨਹੀਂ ਪਹਿਲਾ ਮਜ਼ਲੂਮ ਅਲੀ ਹਾਏ ਨੀ ਮੈਂ ਕੀਤੀ ਥੱਕ ਗਏ ਹੋ ਨੌਜਵਾਨ ਚਾਚਾ ਜੀ ਪਹਿਲਾ ਮਜ਼ਲੂਮ ਅੱਜ ਵੀ ਸ਼ਾਲਾ ਨਜਫ ਵੰਜੋ ਇਹ ਝੋਲੀ ਚਾਹੀ ਖੜਾ ਤੁਸੀਂ ਤਾਂ ਗਏ ਹੋ ਨਾ ਜੀ ਮੁਰਤਦਾ ਮੁਫਤੀ ਸਾਹਿਬ ਪਾਈ ਦਾ ਫਤਿਹ ਦਵਾਰ ਤੁਸਾਂ ਅੱਜ ਨਜਫ ਲਾਸੋ ਦੂਰ ਤੂੰ ਰੋਜ਼ ਅਲੀ ਤੇ ਲਿਖੇ ਹੋਏ ਹੋ ਸੀ ਅਸਲਾਮੁ ਅਲੈਕਾ ਯਾ ਅਵਲ ਅਲ ਮਜ਼ਲੂਮ ਮਰਜ਼ੀ ਹੈ ਤੁਹਾਡੀ ਯਾਰ ਨੌਕਰ ਪਹਿਲਾ ਮਜ਼ਲੂਮ ਅਲੀ ਪੁੱਛੋ ਤਾਂ ਸਹੀ ਵਸੀਮ ਅਬਾਸ ਕਿਵੇਂ ਇੱਕ ਦਿਨ ਬੀਬੀ ਆਦੀ ਯਾ ਅਲੀ ਸੈਯਦਾ ਯਾ ਅਲੀ ਮੈਂ ਸੁਣਿਆ ਏ ਲੋਕ ਤੁਹਾਨੂੰ ਸਲਾਮ ਨਹੀਂ ਕਰਦੇ ਇਹ ਗੱਲ ਸੁਣ ਕੇ ਨਾ ਅਲੀ ਮੌਲਾ ਦੀਆਂ ਅੱਖੀ ਚ ਹੰਝੂ ਆ ਪਈ ਮੌਲਾ ਫਰਮਾਉਂਦੇ ਨੇ ਸੈਯਦਾ ਮੈਂ ਸਲਾਮ ਕਰੇ ਨਾ ਮੈਂ ਕੋ ਜਵਾਬ ਕੋਈ ਨਹੀਂ ਦੇਦਾ ਮੈਂ ਇੱਥੇ ਹੀ ਮਿੰਬਰ ਛੋੜ ਲੈ ਸਾਂ ਤੁਸੀਂ ਬੜਾ ਸੋਹਣਾ ਰੋ ਪਏ ਹੋ ਮੇਰੇ ਹਿੱਸੇ ਦਾ ਇਤਨਾ ਬੜਾ ਹੈ ਇੱਥੇ ਹੀ ਇੱਕ ਇੱਕ ਮੁਕਾਨ ਵਧਾਵੇ ਮੈਂ ਕੋ ਅਲਮ ਦੀ ਕਸਮ ਹੈ ਇਹ ਪਿੰਨੀ ਹੋਈ ਖੈਰਾਤ ਹੈ ਭਾਈ ਜਾਨ ਦੀ ਕਹਿ ਕਰਬਲਾ ਬਣਦੀ ਜਿਵੇਂ ਮੌਲੀ ਸਾਹਿਬ ਮੌਜੂਦ ਹਨ ਨਾ ਇਵੇਂ ਭਲਵਾਲ ਇੱਕ ਅਲਾਮਾ ਸਾਹਿਬ ਮੌਜੂਦ ਹਨ ਮੈਂ ਕਵਾ ਦਿਨ ਵਸੀਮ ਅਬਾਸ ਮਾਤਮ ਕਰਕੇ ਆ ਦਈ ਵਸੀਮ ਅਬਾਸ ਅਲੀ 25 ਸਾਲ ਮਜ਼ਲੂਮ ਰਹੇ 25 ਸਾਲ ਮੈਂ ਹੱਥ ਜੋੜੇ ਅਲਾਮਾ ਸਾਹਿਬ ਦੇ ਮੈਂ ਕਿਹਾ ਨਹੀਂ ਅਗਰ ਨਾਰਾਜ਼ ਨਾ ਥੀਓ ਸਿਰਫ 25 ਸਾਲ ਨਹੀਂ ਅਲੀ 1400 ਸਾਲ ਤੂੰ ਅੱਜ ਤਾਈ ਮਜ਼ਲੂਮ ਏ ਉਸ ਆਖਿਆ ਕਿਵੇਂ ਮੈਂ ਆਖਿਆ ਮੈਂ ਦੱਸੇ ਨਾ ਅਲੀ ਮੁਖਤਾਰ ਅਲੀ ਸਰਦਾਰ ਅਲੀ ਦੀਆਂ ਧੀਆਂ ਡਿੱਠੇ ਬਾਜ਼ਾਰ ਮੈਂ ਤਾਂ ਮੈਂ ਕਰੇ ਸੇ ਇੱਥੇ ਹੀ ਸਿਰ ਦਾ ਡਿੱਠੇ ਬਾਜ਼ਾਰ ਉਹ ਗੱਲ ਵਿੱਚ ਰੱਸੀਆਂ ਬੜ ਗਈ ਆਈ ਕਰਬਲਾ ਸ਼ਾਲਾ ਵਸਦੇ ਰਹੋ ਇੱਥੇ ਇੱਕ ਮਿੰਟ ਵੀ ਆ ਮੈਂ ਨੌਕਰ ਮੌਲੀ ਸਾਹਿਬ ਆ ਦੇਣ ਅਲੀ ਕੋ ਰੱਸੀਆਂ ਪਵਾਵੇਂ ਨਾ ਮਗਰ ਅਲੀ ਦੇ ਜੀਂਦਿਆਂ ਬਤੂਲ ਕੋ ਨਾ ਮਾਰੇ ਨਾ ਅੱਜ ਤਈ ਮਜ਼ਲੂਮ ਅਲੀ ਸਿਰਫ ਬਤੂਲ ਕੋ ਨਹੀਂ ਮਾਰਿਆ ਬਤੂਲ ਦੀਆਂ ਧੀਆਂ ਕੋ ਬਾਜ਼ਾਰਾਂ 'ਚ ਹਾਏ ਨੀ ਵੇ ਕੀਤੀ ਦਰਬਾਰਾਂ 'ਚ ਇੱਥੇ ਹੀ ਲਿਖਿਆ ਹੈ ਮੌਜਜ਼ਾ ਚਾਚਾ ਜੀ ਇਹ ਮੌਜੂਦ ਹਨ ਜੈਦ ਜ਼ਾਕਿਰ ਹਨ ਇਹ ਅਲਮ ਮੇਰੇ ਹਾਂ ਨਾਲ ਹੀ ਵੇ ਇੱਕ ਮਿੰਟ ਮੈਂ ਤੁਹਾਡਾ ਮਹਿਮਾਨ ਹਾਂ ਮੈਂ ਛੋੜ ਲਿਆ ਸਾਂ ਮਿੰਬਰ ਮੈਂ ਕੋਈ ਕੁਰਾਨ ਦੀ ਕਸਮ ਹੀ ਵੇ ਇੱਕ ਜਗ੍ਹਾ 'ਤੇ ਨਹੀਂ ਸ਼ਾਮ ਹੋ ਗਈ ਹੈ ਬਾਜ਼ਾਰ 'ਚ ਇੱਕ ਜਗ੍ਹਾ 'ਤੇ ਨਹੀਂ ਪਤਾ ਨਹੀਂ ਕਿਤਨੀ ਜਾ ਤੇ ਅਲੀ ਦੀ ਧੀ ਬਹਿ ਕੇ ਟੂ ਮੇਰੀਆਂ ਮਾਵਾਂ ਬੇਣੀ ਇੱਥੇ ਹੀ ਸੁਣਾਏ
मैं तुहाड़े हिस्से दा वैण पिया पढ़दा। एक जगह ते अली दी धी बैठी बह के टुरदी आई है, इनू पत्थरां दी बारिश होई है। बीबी एक वैण कीते, बीबी आदी है मैकू पत्थर न मारो मैं बहु जख्मी। हाय हुसैन सिर दा पुरसा, मैं बहु जख्मी सिर दा पुरसा। ओ पत्थर हबीबी तेरी किस, मैं बहु जख्मी।